ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲੰਗਾਨਾ, ਤਾਮਿਲਨਾਡੂ, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸ਼ਾ ਦੇ ਦੰਦਨਾਂ ਦੌਰੇ ਦੇ ਦੂਜੇ ਦਿਨ ਆ ਉੜੀਸ਼ਾ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸੂਬੇ ਦੇ ਚੰਡੀ ਖੋਲੇ ਵਿਖੇ 9600 ਕਰੋੜ ਰੁਪਏ ਦੇ ਬਹੁ ਪੱਕੀ ਵਿਕਾਸ ਪ੍ਰੋਜੈਕਟ ਦੇਸ਼ ਨੂੰ ਸਮਰਪਿਤ ਕਰਨਗੇ ਤੇ ਕਈ ਹੋਰ ਨਾਦਾਨੀ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਮੋਦੀ ਭਾਰਤੀ ਹਵਾਈ ਸੈਨਾ ਦੇ ਇੱਕ ਵਿਸ਼ੇਸ਼ ਜਹਾਜ਼ 'ਚ ਉੜੀਸ਼ਾ ਦੀ ਰਾਜਧਾਨੀ ਪੁਵਨੇਸ਼ਵਰ ਪਹੁੰਚਣਗੇ ਜਿੱਥੋਂ ਉਹ ਇੱਕ ਹੈਲੀਕਾਪਟਰ ਵਿੱਚ ਜਾਜਪੁਰ ਜ਼ਿਲ੍ਹੇ 'ਚ ਤੇਲ ਅਤੇ ਗੈਸ ਰੇਲਵੇ ਸੜਕ ਆਵਾਜਾਈ ਤੇ ਰਾਜ ਮਾਰਗ ਅਤੇ ਪ੍ਰਮਾਣੂ ਊਰਜਾ ਦੇ ਖੇਤਰਾਂ ਨਾਲ ਸਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ ਇਹਨਾਂ ਪ੍ਰੋਜੈਕਟਾਂ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਕੋਲ ਵਿੱਚ ਇੱਕ ਜਨਤਕ ਸਭਾ ਨੂੰ ਵੀ ਸੰਬੋਧਨ ਕਰਨਗੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਤਨ ਪਰਵੀ ਨੂੰ ਸੰਬਲਪੁਰ ਗਏ ਸਨ ਤੇ ਉਨਾਂ ਉਸ ਵੇਲੇ ਸੂਬੇ ਲਈ 68000 ਕਰੋੜ ਰੁਪਏ ਦੀ ਲਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ ਤੇ ਨੀਂਹ ਪੱਥਰ ਰੱਖੇ ਸਨ